ਵੈਲਕਮ ਟੂ ਮਾਈ ਚੈਨਲ ਗੁਰਸਾਜ ਕੋਚਿੰਗ ਕਲਾਸਿਸ ਆਈ ਹੋਪ ਗਾਇਸ ਯੂ ਆਰ ਵੈਲ ਗਾਇਸ ਲਾਈਕ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਮੇਰੀ ਇਸ ਚੈਨਲ ਤੇ ਐਂਟੀਟੀ ਗਵਰਨਮੈਂਟ ਐਗਜ਼ਾਮ ਦੀ ਰਿਗਾਰਡਿੰਗ ਜਾਂ ਐਂਟੀਟੀ ਗਵਰਨਮੈਂਟ ਵੈਕੈਂਸੀਸ ਦੀ ਰਿਗਾਰਡਿੰਗ ਲੇਟੈਸਟ ਅਪਡੇਟਸ ਮਿਲਦੀਆਂ ਨਹੀਂ ਅਗਰ ਗਾਇਸ ਤੁਸੀਂ ਵੀ ਐਜ਼ ਅ ਫਰੈਸ਼ਰ ਨੂੰ ਤੋਂ ਬਿਲੋਂਗ ਕਰਦੇ ਹੋ ਜਾਂ ਫਿਰ ਤੁਹਾਨੂੰ ਐਂਟੀਟੀ ਦੀ ਵੈਕੈਂਸੀਸ ਦੀ ਰਿਗਾਰਡਿੰਗ ਅਪਡੇਟਸ ਚਾਹੀਦੀਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਚਲੋ ਗਾਇਸ ਅੱਜ ਦੀ ਵੀਡੀਓ ਚ ਦੇਖਦੇ ਆਪਾਂ ਐਨਟੀਟੀ ਫਰੈਸ਼ਰ ਜੂਨੀਅਰ ਵੱਲੋਂ ਜਲਦੀ ਪੋਸਟਾਂ ਪਰੰਦੀ ਮੰਗ ਗਾਇਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪਹਿਲਾਂ ਜੋ ਆਪਾਂ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚ ਤੁਹਾਨੂੰ ਦੱਸਿਆ ਸੀ ਵੀ ਜਿਹੜੀ ਆਪਣੇ ਕੋਲ ਹੁਣ ਐਗਜ਼ਾਮ ਲੈਣਾ ਸੀ ਉਹ ਜਿਹੜੀ ਵੈਕੈਂਸੀਸ ਨੇ ਰੱਦ ਕਰ ਦਿੱਤੀਆਂ ਗਈਆਂ ਸੀ ਬਟ ਜਿਹੜੀ ਹੁਣ ਆਪਣੇ ਕੋਲ ਐਨਟੀਟੀ ਫਰੈਸ਼ਰ ਜੂਨੀਅਰ ਨਾਲ ਉਹਨਾਂ ਵੱਲੋਂ ਇਹੀ ਮੰਗ ਕੀਤੀ ਜਾ ਰਹੀ ਆ ਵੀ ਸਾਡੇ ਲਈ ਜਲਦੀ ਤੋਂ ਜਲਦੀ ਜਿਹੜੀ ਪੋਸਟਾਂ ਨੇ ਉਹ ਕੱਢੀਆਂ ਜਾਣ ਜਾਂ ਮੀਨਿੰਗ ਜਿਹੜੀਆਂ ਪੋਸਟਾਂ ਮੀਨਿੰਗ ਕੱਢੀਆਂ ਜਾਣ ਉਹਦੇ ਵਿੱਚ ਅਸੀਂ ਜੋ ਅਪਲਾਈ ਕਰ ਸਕੀਏ ਤੋਂ ਦੇਖਦੇ ਆਂ ਜੀ ਆਪਣੇ ਕੋਲ ਨਿਊਜ਼ਪ ਕੀ ਪੜਦੇ ਆ ਗਾਇਸ ਅਗਰ ਤੁਸੀਂ ਵੀ ਮੰਨ ਲੋ ਆਪਣੇ ਐਂਟੀਟੀ ਪੋਸਟ ਫਿਲ ਕਰਨਾ ਚਾਹੁੰਦੇ ਹੋ ਲਾਈਕ ਜਿਵੇਂ ਨਮਾ ਕੋਈ ਨੋਟੀਫਿਕੇਸ਼ਨ ਆਂਦਾ ਉਹਦੇ ਰਿਗਾਰਡਿੰਗ ਫਿਲ ਕਰਨਾ ਚਾਹੁੰਦੇ ਹੋ ਤੇ ਆਪਣੇ ਐਗਜ਼ਾਮ ਦੀ ਪ੍ਰਪਰੇਸ਼ਨ ਵੀ ਕਰਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਦੇਖੋ ਗਾਇਸ ਇਹਦੇ ਵਿੱਚ ਕੀ ਲਿਖਿਆ ਹੋਇਆ ਟਾਈਟਲ ਤੁਸੀਂ ਦੇਖ ਹੀ ਸਕਦੇ ਹੋ ਜੀ ਐਂਟੀਟੀ ਫੈਚਰ ਯੂਨੀਵਰਸਿਟੀ ਵੱਲੋਂ ਜਲਦੀ ਪੋਸਟ ਆ ਪਰਨ ਦੀ ਮੰਗ ਪਰਨ ਦੀ ਮੰਗ ਫਰੀਦਕੋਟ 16 ਦਸੰਬਰ ਪ੍ਰਦੀਪ ਚਮਕ ਐਨਟੀਟੀ ਦੀ 8393 ਪੋਸਟਾਂ ਦੇ ਸਬੰਧ ਵਿੱਚ ਚੱਲ ਰਹੇ ਸੰਘਰਸ਼ ਅਤੇ ਕੋਰਟ ਕੇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਨਟੀਟੀ ਫਰੈਸ਼ਰ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਤੇ ਵਾਈਸ ਪ੍ਰਧਾਨ ਨਾਜਰ ਸਿੰਘ ਨੇ ਦੱਸਿਆ ਕਿ ਸਰਕਾਰ ਦੁਆਰਾ ਐਨਟੀਟੀ ਦੀਆਂ 8393 ਪੋਸਟਾਂ ਨੂੰ ਪਹਿਲਾਂ ਓਪਨ ਭਰਤੀ ਕਰਕੇ ਬਾਦ ਵਿੱਚ ਕੱਚੇ ਅਧਿਆਪਕਾਂ ਦੇ ਦਵਾਹੇਟ 3 ਸਾਲ ਸਰਕਾਰੀ ਸਕੂਲ ਦੇ ਤੇ ਅਰਬੇ ਦਾ ਨੋਟਿਸ ਕੀਤਾ ਕੱਢ ਦਿੱਤਾ ਸੀ ਜਿਸ ਵਿੱਚ NTT ਫਰੈਸ਼ਰ ਯੂਨੀਅਨ ਵੱਲੋਂ ਜੋ ਕੋਰਟ ਕੇਸ ਕੀਤਾ ਗਿਆ ਸੀ ਉਸ ਦਾ ਫੈਸਲਾ ਮਾਨਯੋਗ ਅਦਾਲਤ ਵੱਲੋਂ 10 ਦਸੰਬਰ ਨੂੰ ਸੁਣਾਇਆ ਗਿਆ ਜਿਸ ਵਿੱਚ ਜਿਸ ਵਿੱਚ ਫੈਸਲਾ NTT ਫਰੈਸ਼ਰ ਯੂਨੀਅਨ ਦੇ ਹੱਕ ਵਿੱਚ ਆਇਆ ਹੈ ਤੇ ਮਾਨਯੋਗ ਅਦਾਲਤ ਨੇ ਸਿੱਖਿਆ ਬੋਰਡ ਨੂੰ ਜਲਦੀ ਤੋਂ ਜਲਦੀ 793 ਕਿ ਚਾਹੁੰਦੇ ਹੋਏ ਹਾਲੇ ਤੱਕ ਭਰਤੀ ਪ੍ਰਕਿਰਿਆ ਸੰਬੰਧੀ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਉਹਨਾਂ ਕਿਹਾ ਕਿ ਇੱਕ ਪਾਸੇ ਚੋਣ ਜਾਬਤਾ ਲੱਗਣ ਅਤੇ ਦੂਜੇ ਪਾਸੇ ਭਰਤੀ ਪ੍ਰਕਿਰਿਆ ਜਕੀਤੀ ਢਿੱਲ ਕਾਰਨ NTT ਫਰੈਸ਼ਰ ਯੂਨੀਅਨ ਚੋਂ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਕਿਉਂਕਿ ਸਿੱਖਿਆ ਮੰਤਰੀ ਸ਼੍ਰੀ ਪ੍ਰਗਟ ਸਿੰਘ ਨੇ ਕੋਰਟ ਦੇ ਫੈਸਲੇ ਤੋਂ ਬਾਅਦ ਜਲਦੀ ਤੋਂ ਜਲਦੀ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਸਰਕਾਰ ਖੁਦ ਆਪਣੇ ਵਾਅਦੇ ਤੋਂ ਭੱਜਦੀ ਦਿਖ ਰਹੀ ਹੈ ਫਰੈਸ਼ਰ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਤੇ ਵਾਈਸ ਪ੍ਰਧਾਨ ਨਾਜ਼ਰ ਸਿੰਘ ਵੱਲੋਂ ਸਰਕਾਰ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਨਵੰਬਰ ਬੀ ਬੀ ਵਾਲੇ ਪੁਰਾਣੇ ਨੋਟੀਫਿਕੇਸ਼ਨ ਦੇ ਅਨੁਸਾਰ ਐਨ ਟੀ ਟੀ 393 ਭਰਤੀ ਦੀਆਂ ਓਪਨ ਪੇਪਰ ਲੈ ਕੇ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਜਲਦੀ ਤੋਂ ਜਲਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਜੇਕਰ ਸਰਕਾਰ ਪੇਪਰ ਦੀ ਤਰੀਕ ਦਾ ਐਲਾਨ ਜਲਦੀ ਤੋਂ ਜਲਦੀ ਨਹੀਂ ਕਰਦੀ ਫਿਰ ਜਿਨ੍ਹਾਂ ਨੇ ਵੱਲੋਂ ਮੁਹਾਲੀ ਸਿੱਖਿਆ ਬੋਰਡ ਅੱਗੇ ਧਰਨਾ ਸ਼ੁਰੂ ਕੀਤਾ ਜਾਵੇਗਾ ਸੋ ਡੈਟ ਗਾਈਸ ਇਹ ਆਪਣੇ ਕੋਲ ਜਿਹੜੀ ਹੁਣ ਲੇਟੈਸਟ ਅਪਡੇਟ ਆਈ ਸੀਗੀ ਜੀ ਐਂਟੀਟੀ ਆਪਣੇ ਕੋਲ ਐਗਜ਼ਾਮ ਦੇ ਰਿਗਾਰਡਿੰਗ ਜਿਹੜੀ ਕਿ ਤਰ੍ਹਾਂ ਸੇ ਤੁਹਾਨੂੰ ਮੈਂ ਪੋਸਟ ਆਪਣੇ ਕੋਲ ਚੱਲ ਰਹੀਆਂ ਸੀ ਤੇ ਗਵਰਨਮੈਂਟ ਨੇ ਆਪਣੇ ਕੋਲ ਨੋਟੀਫਿਕੇਸ਼ਨ ਕੱਢਿਆ ਸੀ ਰੱਦ ਕਰਨ ਦਾ ਬਟ ਇਹਦੇ ਵਿੱਚ ਹੁਣ ਇਹ ਕਹਿ ਰਹੇ ਨੇ ਵੀ ਆਪਣੇ ਕੋਲ ਜਿਹੜੀ ਆਪਣੇ ਕੋਲ ਪੋਸਟ ਆ ਬੱਚਿਆਂ ਨੇ ਫਿਲ ਕੀਤੀਆਂ ਨੇ ਜਿਨ੍ਹਾਂ ਨੇ ਆਪਣੀ ਫੀਸ ਡਿਪੋਜ਼ਿਟ ਕੀਤੀਆਂ ਵੀ ਉਹਨਾਂ ਨੂੰ ਐਗਜ਼ਾਮ ਦੀ ਜਿਹੜੀ ਤਰੀਕ ਦਿੱਤੀ ਜਾਵੇ ਐਗਜ਼ਾਮ ਦੀ मीनिंग ਐਗਜ਼ਾਮ ਐਂਟੀਟੀ ਦਾ ਲਿਆ ਜਾਵੇ ਸੋ ਗਾਇਜ਼ ਤੁਸੀਂ ਆਪਣੀ ਅਗਰ ਪ੍ਰੀਪਰੇਸ਼ਨ ਕਰਦੇ ਹੋ ਤਾਂ ਪ੍ਰੀਪਰੇਸ਼ਨ ਜਾਰੀ ਰੱਖੋ ਅਗਰ ਤੁਹਾਨੂੰ ਇਸ ਦੇ ਰਿਗਾਰਡਿੰਗ ਕੋਈ ਵੀ ਅਪਡੇਟਸ ਚਾਹੀਦੀਆਂ ਨੇ ਕੋਈ ਵੀ ਸਟੱਡੀ ਮਟੀਰੀਅਲ ਦੇ ਰਿਗਾਰਡਿੰਗ ਕੁਝ ਵੀ ਚਾਹੀਦਾ ਵਾ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮੇਰਾ ਕੰਟੈਕਟ ਨੰਬਰ ਮਿਲ ਜਾਊਗਾ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤਾਂ WhatsApp ਤੇ ਮੈਸੇਜ ਵੀ ਕਰ ਸਕਦੇ ਹੋ ਓਕੇ ਗਾਇਜ਼ ਵੀਡੀਓ ਵਧੀਆ ਲੱਗੀ ਤੇ ਵੀਡੀਓ ਲਾਈਕ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਬਾਏ ਬਾਏ